ਅੱਜ ਹਜ਼ਾਰਾਂ ਭਾਸ਼ਾਵਾਂ ਦਾ ਜਨਮ ਦਾਤਾ ਹੈ ਮਨੁੱਖ। ਸਮਝਿਆ ਹੋਇਆ, ਸੁਣਿਆ ਹੋਇਆ, ਕਾਫੀ ਲੰਬੇ ਸਮੇਂ ਤੱਕ ਰਵੇ ਤੇ ਮੈਂ ਭੁੱਲ ਨਾ ਜਾਵਾਂ। ਲੇਖਣੀ ਦਾ ਜਨਮ ਹੋਇਆ, ਲਿਪੀਆਂ ਦਾ ਜਨਮ ਹੋਇਆ, ਅਲਫਾਬੇਟ ਦਾ ਜਨਮ ਹੋਇਆ। ਕਾਗਜ਼ ਨਹੀਂ ਸੀ, ਮਨੁੱਖ ਨੇ ਪੱਥਰਾਂ 'ਤੇ ਲਿਖਿਆ, ਬੋਝ ਪੱਥਰਾਂ 'ਤੇ ਲਿਖਿਆ। ਭਾਰਤ ਵਿੱਚ ਉੱਤਰਾਖੰਡ ਵਿੱਚ ਹਿਮਾਲਿਆ ਪਰਬਤ ਵਿੱਚ ਇੱਕ ਐਸੇ ਬੂਟੇ ਹੁੰਦੇ ਨੇ ਜਿਨ੍ਹਾਂ ਦੇ ਪੱਤੇ ਇੱਕ ਇੱਕ ਫੁੱਟ, ਡੇਢ ਡੇਢ ਫੁੱਟ ਲੰਬੇ ਹੁੰਦੇ ਨੇ। ਉਹਨੂੰ ਬੋਝ ਬ੍ਰਿਕਸ਼ ਕਹਿੰਦੇ ਨੇ, ਉਹਨਾਂ ਪੱਤਰਾਂ ਨੂੰ ਬੋਝ ਪੱਤਰ ਕਹਿੰਦੇ ਨੇ, ਅਜੇ ਵੀ ਹੈਗੇ ਨੇ। ਮਨੁੱਖ ਨੇ ਬੋਝ ਪੱਤਰਾਂ ਤੋਂ ਕਾਗਜ਼ਾਂ ਦਾ ਕੰਮ ਲਿਆ, ਉਸ 'ਤੇ ਲਿਖਣਾ ਸ਼ੁਰੂ ਕੀਤਾ। ਪੁਰਾਣੇ ਬੇਸ਼ਤਰ ਧਰਮ ਗ੍ਰੰਥ ਬੋਝ ਪੱਤਰਾਂ ਦੇ ਉੱਤੇ ਲਿਖੇ ਹੋਏ, ਔਰ ਹੈਰਾਨਗੀ ਦੀ ਗੱਲ, ਕਾਗਜ਼ ਨਾਲੋਂ ਬੋਝ ਪੱਤਰ ਦੀ ਉਮਰ ਜ਼ਿਆਦਾ ਹੈ। ਦੋ ਦੋ ਹਜ਼ਾਰ ਸਾਲ ਦੇ ਬੋਝ ਪੱਤਰ ਪਏ ਨੇ ਲਖਨਊ ਮਿਊਜ਼ੀਅਮ ਵਿੱਚ, ਦਿੱਲੀ ਮਿਊਜ਼ੀਅਮ ਵਿੱਚ। ਸੰਸਕ੍ਰਿਤ ਲਿਪੀ ਵਿੱਚ ਲਿਖੀ ਹੋਈਆਂ ਧਾਰਮਿਕ ਵਿਚਾਰਾਂ, ਰਿਸ਼ੀ ਮੁਨੀਆਂ ਦੇ ਬੋਲ। ਹਿਮਾਲਿਆ ਪਰਬਤ ਦੀ ਸਰਦੀ ਦੇ ਦਿਨਾਂ ਜਿਹੜੇ ਜਪੀਸ਼ਵਰ ਤਪੀਸ਼ਵਰ ਰਹਿ ਜਾਂਦੇ ਨੇ, ਥੱਲੇ ਨਹੀਂ ਆਉਂਦੇ, ਉਹ ਇਹਨਾਂ ਪੱਤਰਾਂ ਨੂੰ ਸਰਦੀਆਂ ਦੇ ਦਿਨਾਂ ਜਲਾਉਣ ਲੱਗ ਪਏ ਸਨ, ਸੁੱਕ ਜਾਂਦੇ ਨੇ ਇਹਨਾਂ ਦਿਨਾਂ 'ਚ, ਅੱਗ ਦਾ ਕੰਮ ਲੈਂਦੇ ਸਨ। ਯੂਪੀ ਗੌਰਮੈਂਟ ਨੇ ਹੁਣ ਕਾਨੂੰਨ ਬਣਾਇਆ ਹੈ, ਜਿਹੜਾ ਇਹਨਾਂ ਪੱਤਰਾਂ ਨੂੰ ਤੋੜੇਗਾ, ਜਲਾਏਗਾ, 6 ਮਹੀਨੇ ਦੀ ਸਜ਼ਾ, ਕਿਉਂ ਇਹ ਨਸਲ ਖਤਮ ਹੋ ਰਹੀ ਸੀ, ਇਹ ਪੱਤੇ ਖਤਮ ਹੋ ਰਹੇ ਸਨ। ਇਹਨੂੰ ਕੱਟਣ ਦੀ, ਜਲਾਉਣ ਦੀ ਹੁਣ ਮਨਾਹੀ ਕੀਤੀ ਹੈ। ਮਨੁੱਖ ਨੇ ਬੋਝ ਪੱਤਰਾਂ 'ਤੇ ਲਿਖਿਆ। ਅੱਜ ਹਜ਼ਾਰਾਂ ਤਰ੍ਹਾਂ ਦੇ ਕਾਗਜ਼ਾਂ ਦਾ ਮਨੁੱਖ ਜਨਮਦਾਤਾ ਹੈ, ਵਧੀਆ ਤੋਂ ਵਧੀਆ ਕਾਗਜ਼। ਜ਼ਿੰਦਗੀ ਦੇ ਹਰ ਸ਼ੋਬੇ ਵਿੱਚ ਮਨੁੱਖ ਕਿਸੇ ਹੱਦ ਤੱਕ ਬੈਰੂਨੀ ਤੌਰ 'ਤੇ ਵਿਕਸਿਤ ਹੋਇਆ ਹੈ, ਬੜਾ ਭਾਰੀ ਇਸਨੇ ਵਿਕਾਸ ਕੀਤਾ ਹੈ।